ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਵਿੱਚ। ਮਾਸਟਰ ਕੇਡਰ ਚੈਪਟਰ ਸਟਾਰਟ ਕਰਿਆ ਹੋਇਆ ਜੀ, ਮੋਰੀਆ ਸਾਮਰਾਜ। ਅੱਜ ਅਸੀਂ ਇਹਦੇ ਵਿੱਚ ਹੈ ਜੋ ਰਾਜੇ ਅਸ਼ੋਕ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਅਗਲੇ ਚੈਪਟਰ 'ਚ ਹੈ ਮੋਰੀਆ ਸਾਮਰਾਜ ਟੋਪਿਕ ਕੰਪਲੀਟ ਹੋ ਜਾਏਗਾ। ਤਾਂ ਚੈਪਟਰ 7ਵਾਂ ਹੈ ਜੀ, ਮੋਰੀਆ ਸਾਮਰਾਜ ਰਾਜੇ ਅਸ਼ੋਕ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਇਸ ਤੋਂ ਪਹਿਲਾਂ ਬਿੰਦੂਸਾਰ ਅਤੇ ਚੰਦਰਗੁਪਤ ਨਾਲ ਅਸੀਂ ਤੁਹਾਡੇ ਨਾਲ ਇਹ ਜੋ ਵੀਡੀਓ ਸ਼ੇਅਰ ਕੀਤੀ ਸੀ। ਤਾਂ ਤੀਸਰਾ ਹੈ ਜੋ ਰਾਜਾ ਹੋਇਆ ਸੀਗਾ ਉਹ ਰਾਜਾ ਅਸ਼ੋਕ ਸੀਗਾ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਕੰਟੀਨਿਊ ਚੈਪਟਰ ਇਹ 'ਚੋਂ ਮਿਲਦੇ ਰਹਿਣ। ਤਾਂ ਸਟਾਰਟ ਕਰਦੇ ਹਾਂ ਜੀ ਰਾਜੇ ਅਸ਼ੋਕ। ਤਾਂ ਗੱਲ ਕਰਦੇ ਹਾਂ ਜੀ ਅਸ਼ੋਕ ਸਮਰਾਟ ਦੀ। 269 ਤੋਂ 232 BC ਇਹਨਾਂ ਦੀ ਜਿਹੜੀ ਟਾਈਮਿੰਗ ਸੀਗੀ। ਅਸ਼ੋਕ ਸੰਸਕ੍ਰਿਤ ਦਾ ਸ਼ਬਦ ਹੈਗਾ ਜਿਹਦਾ ਅਰਥ ਹੈ ਦੁੱਖਾਂ ਤੋਂ ਰਹਿਤ, ਯਾਨੀ ਕਿ ਪੇਨਲੈਸ। ਤਾਂ ਬਿੰਦੂਸਾਰ ਦਾ ਪੁੱਤਰ ਸੀਗਾ ਅਤੇ ਅਗਲਾ ਮੋਰੀਆ ਸਾਮਰਾਜ ਦਾ ਉੱਤਰਾਧਿਕਾਰੀ ਸੀਗਾ, ਤੀਸਰਾ ਉੱਤਰਾਧਿਕਾਰੀ ਸੀ ਕਹਿ ਸਕਦੇ ਹਾਂ ਰਾਜੇ ਅਸ਼ੋਕ ਨੂੰ। ਤਾਂ ਇਹ ਰਾਜਗੱਦੀ 'ਤੇ ਹੈ ਜੋ 269 BC ਵਿੱਚ ਬੈਠਾ ਸੀਗਾ। ਰਾਜਗੱਦੀ 'ਤੇ ਬੈਠਣ ਤੋਂ ਪਹਿਲਾਂ ਅਵੰਤੀ ਦਾ ਰਾਜਪਾਲ ਸੀ। ਮਾਸਕੀ ਅਤੇ ਗੁਰਜਰਾ ਅਭਿਲੇਖਾਂ ਵਿੱਚ ਅਸ਼ੋਕ ਦਾ ਨਾਮ ਅਸ਼ੋਕ ਹੀ ਮਿਲਦਾ ਹੈ। ਪੁਰਾਣਾਂ ਵਿੱਚ ਅਸ਼ੋਕ ਨੂੰ ਅਸ਼ੋਕ ਵਰਧਨ ਕਿਹਾ ਗਿਆ ਹੈ। ਅਸ਼ੋਕ ਦੀ ਮਾਤਾ ਦਾ ਨਾਮ ਸੁਭਦਰਗੀ, ਜਿਹਨੂੰ ਧਰਮਾ ਵੀ ਕਿਹਾ ਗਿਆ ਹੈ। ਅੱਗੇ ਇਹਨਾਂ ਦੇ ਪਤਨੀਆਂ ਦੇ ਨਾਮ ਰਾਜੇ ਅਸ਼ੋਕ ਦੀਆਂ ਦੇ ਕਾਰਕੀ, ਪਦਮਾਵਤੀ, ਅਸਤਨ ਮਿੱਤਰਾ, ਤਿਸਜਰ ਕਸਾ। ਤਾਂ ਇਹਨਾਂ ਦੇ ਪਤਨੀਆਂ ਦੇ ਨਾਮ ਸੀਗੇ। ਬੱਚਿਆਂ ਦੇ ਨਾਮ ਕੁਨਾਲ, ਮਹਿੰਦਰ, ਸੰਘਮਿੱਤਰਾ, ਚਾਰੂਮਤੀ, ਤਿਵਾਲਾ, ਜਾਲੂਕਾ। ਤਾਂ ਇਹਨਾਂ ਦੇ ਬੱਚਿਆਂ ਦੇ ਨਾਮ ਸੀ। ਅੱਗੇ ਅਸੀਂ ਗੱਲ ਕਰਾਂਗੇ ਅਸ਼ੋਕ ਦੇ ਕੁਝ ਹੋਰ ਨਾਵਾਂ ਬਾਰੇ, ਹੋਰ ਕਿਹੜੇ ਕਿਹੜੇ ਨਾਮ ਸੀਗੇ। ਦੇਵਨਾਸ ਪ੍ਰਿਆ ਅਤੇ ਪ੍ਰਿਆਦਰਸ਼ੀ ਜਿਹੜੇ ਅਸ਼ੋਕ ਦੇ ਹੋਰ ਨਾਮ ਸੀਗੇ। ਤਾਂ ਇੱਕ ਮਿਥਿਹਾਸ ਦੇ ਅਨੁਸਾਰ ਹੈ ਜੋ ਅਸ਼ੋਕ ਨੇ ਆਪਣੇ ਜਿਹੜੇ ਨਵੇਂ ਭਰਾਵਾਂ ਦਾ ਕਤਲ ਕੀਤਾ ਸੀ। ਤਾਂ ਇਹ ਮਿਥਿਹਾਸ ਹੈ, ਇਤਿਹਾਸ ਦੇ ਵਿੱਚ ਮਿਥਿਹਾਸ ਅਕਸਰ ਮਿਲਾਇਆ ਜਾਂਦਾ ਹੈ। ਤਾਂ ਇਹ ਮਿਥਿਹਾਸ ਦੇ ਅਨੁਸਾਰ ਅਸ਼ੋਕ ਨੇ ਜੋ ਆਪਣੇ ਜਿਹੜੇ ਨਵੇਂ ਭਰਾਵਾਂ ਦਾ ਕਤਲ ਕੀਤਾ ਸੀ। ਅਸ਼ੋਕ ਨੇ ਆਪਣੇ ਰਾਜ ਅਭਿਸ਼ੇਕ ਦੇ 8ਵੇਂ ਸਾਲ ਲਗਭਗ 261 BC ਵਿੱਚ ਕਲਿੰਗ ਉੱਪਰ ਹੈ ਜੋ ਹਮਲਾ ਕੀਤਾ ਸੀਗਾ। ਤਾਂ ਗੱਲ ਕਰਾਂਗੇ ਕਲਿੰਗ ਦੇ ਯੁੱਧ ਜਾਂ ਕਲਿੰਗਾ ਦੀ ਲੜਾਈ ਦੇ ਬਾਰੇ, ਕਦੋਂ ਕਰਿਆ ਸੀ? ਲਗਭਗ 261 BC ਵਿੱਚ। ਰਾਜ ਅਭਿਸ਼ੇਕ ਦਾ 8ਵਾਂ ਸਾਲ ਸੀ ਅਸ਼ੋਕ ਦਾ, ਉਸ ਟਾਈਮ ਹੈ ਜੋ ਉਸਨੇ ਕਲਿੰਗਾ ਦੀ ਲੜਾਈ ਲੜੀ ਸੀ ਜਾਂ ਕਲਿੰਗਾ ਦਾ ਯੁੱਧ ਕੀਤਾ ਸੀਗਾ। ਕਲਿੰਗਾ ਜੋ ਆਧੁਨਿਕ ਭਾਰਤ ਵਿੱਚ ਉੜੀਸਾ ਰਾਜ ਵਿੱਚ ਹੈ। ਅਸ਼ੋਕ ਨੇ 261 BC ਉੱਪਰ ਆਕਰਮਣ ਕੀਤਾ ਸੀਗਾ। ਉਸ ਸਮੇਂ ਕਲਿੰਗਾ ਦਾ ਰਾਜਾ ਸੀ ਜਿਹੜਾ ਉਹ ਖਾਰਬੇਲ ਸੀਗਾ। ਕਲਿੰਗਾ ਦੀ ਰਾਜਧਾਨੀ ਤੋਸਲੀ ਜਾਂ ਤੋਸ਼ਾਲੀ ਸੀਗੀ, ਉਸ ਉੱਪਰ ਹੈ ਜੋ ਅਸ਼ੋਕ ਨੇ ਅਧਿਕਾਰ ਕਰ ਲਿਆ ਸੀਗਾ। ਇਸ ਯੁੱਧ ਵਿੱਚ ਖੂਨ ਖਰਾਬੇ ਤੋਂ ਨਿਰਾਸ਼ ਹੋ ਕੇ ਯੁੱਧ ਦਾ ਕਰਨ ਦਾ ਤਿਆਗ ਕਰ ਦਿੱਤਾ ਸੀ ਰਾਜੇ ਅਸ਼ੋਕ ਨੇ। ਉਸ ਤੋਂ ਬਾਅਦ ਉਸਨੇ ਸ਼ਾਂਤੀ, ਅਹਿੰਸਾ ਅਤੇ ਲੋਕ ਭਲਾਈ ਦਾ ਰਸਤਾ ਅਪਣਾ ਲਿਆ ਸੀਗਾ ਕਲਿੰਗਾ ਦੇ ਯੁੱਧ ਤੋਂ ਬਾਅਦ। ਤਾਂ ਇੱਥੇ ਕੁਐਸਚਨ ਬਣਦਾ ਕਿਹੜੇ ਯੁੱਧ ਤੋਂ ਬਾਅਦ ਹੈ ਜੋ ਰਾਜੇ ਅਸ਼ੋਕ ਨੇ
ਯੁੱਧ ਤਿਆਗ ਦਿੱਤਾ ਸੀ ਤਾਂ ਉਹ ਸੀਗਾ ਕਲਿੰਗਾ ਦਾ ਯੁੱਧ, ਕਿਉਂਕਿ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਸੀ ਜਿਸ ਨਾਲ ਉਸਦਾ ਮਨ ਸੀ ਉਦਾਸ ਹੋ ਗਿਆ ਸੀਗਾ। ਅੱਗੇ ਧਰਮ, ਕਲਿੰਗਾ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਬੁੱਧ ਧਰਮ ਨੂੰ ਅਪਣਾ ਲਿਆ ਸੀਗਾ। ਬੁੱਧ ਧਰਮ ਦੀ ਸਿੱਖਿਆ ਬੁੱਧ ਭਿਕਸ਼ੂ ਉਪਗੁਪਤ ਤੋਂ ਪ੍ਰਾਪਤ ਕੀਤੀ ਸੀ। ਭਾਰਤ ਵਿੱਚ ਸਿਲਾਲੇਖ, ਪੱਥਰ 'ਤੇ ਲਿਖਣ ਦੀ ਕਲਾ ਸਰਵਪ੍ਰਥਮ ਯਾਨੀ ਕਿ ਸਭ ਤੋਂ ਪਹਿਲਾਂ ਹੈ ਜੋ ਅਸ਼ੋਕ ਨੇ ਸਟਾਰਟ ਕੀਤੀ ਸੀ। ਅੱਗੇ ਸਿਲਾਲੇਖ ਪੜ੍ਹਨ ਦੀ ਕਲਾ ਅਤੇ ਅਧਿਐਨ ਜਿਹਨੂੰ ਐਪੀਗ੍ਰਾਫੀ ਕਿਹਾ ਜਾਂਦਾ ਹੈ, ਪਿਰਨੀ ਦੇ ਜਾਂ ਪੈਲਿਨੀ ਦੇ ਵਿਚਾਰ ਅਨੁਸਾਰ ਮਿਸਰ ਦਾ ਰਾਜਾ ਫਿਲਾਡੈਟਸ ਟਾਲਮੀ ਦੂਜਾ ਜਿਹਨੂੰ ਕਿਹਾ ਜਾਂਦਾ ਹੈ ਨੇ ਅਸ਼ੋਕ ਦੇ ਦਰਬਾਰ ਵਿੱਚ ਆਪਣਾ ਰਾਜਦੂਤ ਜਿਹਦਾ ਨਾਮ ਸੀਗਾ ਡਾਇਨੀਸੀਅਸ ਨੂੰ ਭੇਜਿਆ ਸੀਗਾ। ਅੱਗੇ ਰਾਜੇ ਅਸ਼ੋਕ ਨੇ ਜੋ ਆਜੀਵਿਕਾ ਦੇ ਰਹਿਣ ਲਈ ਜੋ ਬਰਾਬਰ ਦੀਆਂ ਪਹਾੜੀਆਂ ਵਿੱਚ ਚਾਰ ਗੁਫਾਵਾਂ ਦਾ ਨਿਰਮਾਣ ਕਰਵਾਇਆ ਸੀਗਾ। ਕੀ ਨਾਮ ਸੀ ਉਹਨਾਂ ਦਾ? ਕਾਰਜ, ਚੌਪਾਰ, ਸੁਦਾਮਾ ਅਤੇ ਵਿਸ਼ਵ ਝੋਪੜੀ। ਤਾਂ ਇਹਨਾਂ ਚਾਰ ਗੁਫਾਵਾਂ ਦਾ ਉਸਨੇ ਜੋ ਨਿਰਮਾਣ ਕਰਾਇਆ ਸੀਗਾ ਕਿਹਦੇ ਲਈ? ਆਜੀਵਿਕਾ ਦੇ ਰਹਿਣ ਲਈ। ਤਾਂ ਇਸ ਵਿੱਚੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਜਾਂ ਇਕੱਲਾ ਵਿਸ਼ਵ ਝੋਪੜੀ ਪੁੱਛਿਆ ਜਾ ਸਕਦਾ ਹੈ, ਸੁਦਾਮਾ, ਚੌਪਾਰ, ਕਰਜ, ਕਿਸੇ ਵੀ ਤਰ੍ਹਾਂ ਕਨਫਿਊਜ਼ ਕਰਨ ਲਈ ਉਲਟਾ ਫਟਾ ਕੇ ਕੁਐਸਚਨ ਪੁੱਛਿਆ ਜਾ ਸਕਦਾ। ਤਾਂ ਚਾਰੋਂ ਹੀ ਗੁਫਾਵਾਂ ਦੇ ਨਾਮ ਨੇ ਜੋ ਰਾਜੇ ਅਸ਼ੋਕ ਨੇ ਬਣਵਾਈਆਂ ਸੀ ਆਜੀਵਿਕਾ ਦੇ ਰਹਿਣ ਲਈ। ਅੱਗੇ ਅਸੀਂ ਗੱਲ ਕਰਦੇ ਹਾਂ, ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸਿੰਘਮਿੱਤਰਾ ਨੂੰ ਸ਼੍ਰੀ ਲੰਕਾ ਭੇਜਿਆ ਸੀਗਾ। ਤਾਂ ਇੱਥੇ ਵੀ ਕੁਐਸਚਨ ਬਣਦਾ ਹੈ, ਬੁੱਧ ਧਰਮ ਦੇ ਪ੍ਰਚਾਰ ਲਈ ਅਸ਼ੋਕ ਨੇ ਕਿਸ ਨੂੰ ਭੇਜਿਆ ਸੀ? ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸਿੰਘਮਿੱਤਰਾ ਨੂੰ ਕਿੱਥੇ ਭੇਜਿਆ ਸੀ? ਸ਼੍ਰੀ ਲੰਕਾ ਵਿੱਚ। ਭਾਰਤ ਤੋਂ ਬਾਹਰ ਬੁੱਧ ਧਰਮ ਦਾ ਵਿਕਾਸ ਸਭ ਤੋਂ ਪਹਿਲਾਂ ਸੀ ਜਿਹੜਾ ਰਾਜੇ ਅਸ਼ੋਕ ਸਮੇਂ ਹੋਇਆ ਸੀਗਾ। ਅੱਗੇ ਅਸ਼ੋਕ ਦੇ ਦੋ ਅਭਿਲੇਖ ਸੀਗੇ, ਸਿਲਾਲੇਖ ਅਤੇ ਸਤੰਭ ਲੇਖ। ਸਿਲਾਲੇਖ ਸਤੰਭ ਲੇਖ ਗੁਰਾ ਲੇਖ ਜੋ ਪੱਥਰ 'ਤੇ ਲਿਖੇ ਜਾਂਦੇ ਸੀ ਥੰਮ ਯਾਨੀ ਕਿ ਪਿੱਲਰਸ 'ਤੇ, ਗੁਹਾ ਲੇਖ ਜੋ ਗੁਫਾਵਾਂ ਵਿੱਚ ਲਿਖੇ ਜਾਂਦੇ ਸੀ। ਅੱਗੇ ਅਸੀਂ ਗੱਲ ਕਰਾਂਗੇ ਸਿਲਾਲੇਖ ਦੀ। ਅਸ਼ੋਕ ਦੇ ਸਿਲਾਲੇਖ ਵਿੱਚ ਬ੍ਰਾਹਮੀ, ਖਰੋਸ਼ਟੀ, ਗ੍ਰੀਕ ਅਤੇ ਅਰਮਾਇਕ ਲਿਪੀ ਦਾ ਪ੍ਰਯੋਗ ਹੋਇਆ ਸੀਗਾ। ਗ੍ਰੀਕ ਅਤੇ ਅਰਮਾਇਕ ਲਿਪੀ ਦੋ ਅਭਿਲੇਖ ਜਿਹੜੇ ਅਫਗਾਨਿਸਤਾਨ ਤੋਂ ਮਿਲੇ ਸੀਗੇ। ਅੱਗੇ ਖਰੋਸ਼ਟੀ ਜੋ ਉੱਤਰ ਪੱਛਮੀ ਪਾਕਿਸਤਾਨ ਤੋਂ ਮਿਲੇ ਸੀਗੇ। ਅੱਗੇ ਬ੍ਰਾਹਮੀ ਲਿਪੀ ਦੇ ਅਭਿਲੇਖ ਜੋ ਭਾਰਤ ਤੋਂ ਮਿਲੇ ਸਨ, ਸਹਿਬਾਜਗੜ੍ਹੀ ਅਤੇ ਮਾਨਸੇਰਾ ਖਰੋਸ਼ਟੀ ਲਿਪੀ ਮਿਲੀ ਹੈ ਜੋ ਪਾਕਿਸਤਾਨ ਵਿੱਚ ਹੈ। ਤਕਸ਼ਿਲਾ ਅਤੇ ਲਗਮਾਨ ਦੇ ਅਭਿਲੇਖ ਅਰਮਾਇਕ ਲਿਪੀ ਵਿੱਚ ਲਿਖੇ ਸੀਗੇ। ਅੱਗੇ ਸਤੰਭ ਲੇਖ, ਜਿਹੜੇ ਸਾਰੇ ਸਤੰਭ ਲੇਖ ਸੀਗੇ ਉਹ ਪ੍ਰਕਿਰਤੀ ਭਾਸ਼ਾ ਵਿੱਚ ਲਿਖੇ ਗਏ ਸਨ। ਇਹਦੀ ਲਿਪੀ ਸੀ ਜਿਹੜੀ ਉਹ ਬ੍ਰਾਹਮੀ ਸੀ। ਕੌਸੰਬੀ ਅਤੇ ਪ੍ਰਜਾਗ ਦੇ ਸਤੰਭ ਲੇਖਾਂ ਵਿੱਚ ਅਸ਼ੋਕ ਦੀ ਰਾਣੀ ਕਾਰੂਵਕੀ ਦੇ ਦਾਨ ਦਾ ਉਲੇਖ ਮਿਲਦਾ ਹੈ। ਇਸ ਨੂੰ ਰਾਣੀ ਦਾ ਲੇਖ ਵੀ ਕਿਹਾ ਜਾਂਦਾ ਹੈ। ਅਸ਼ੋਕ ਦੇ ਸਿਲਾਲੇਖਾਂ ਦੀ ਖੋਜ ਦੇ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਫੈਨ ਕੇਲਰ ਨੇ ਕੀਤੀ ਸੀ ਅਸ਼ੋਕ ਦੇ ਸਿਲਾਲੇਖਾਂ ਦੀ ਖੋਜ। ਇਹ ਖੋਜ 1750 ਵਿੱਚ ਕੀਤੀ ਸੀ
ਸ਼ਿਲਾਲੇਖ ਦੀ ਜੋ ਸੰਖਿਆ ਸੀ ਉਹ 14 ਸੀ। ਅਸ਼ੋਕ ਦੇ ਅਭਿਲੇਖਾਂ ਨੂੰ ਪੜ੍ਹਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀਗੀ ਜੇਮਜ ਪ੍ਰਿੰਸਪ ਨੇ ਕਿੰਨੇ ਵਿੱਚ 1837 ਵਿੱਚ। ਅਕਸਰ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਸ਼ਿਲਾਲੇਖਾਂ 'ਤੇ। ਅਸ਼ੋਕ ਸਮੇਂ ਮੋਰੀਆ ਸਾਮਰਾਜ ਨੂੰ 5 ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤਾਂ ਨੂੰ ਚੱਕਰ ਕਿਹਾ ਗਿਆ ਸੀ। ਪ੍ਰਾਂਤਾਂ ਉੱਪਰ ਪ੍ਰਸ਼ਾਸਨ ਕਰਨ ਵਾਲਿਆਂ ਨੂੰ ਉਮਰ ਜਾਂ ਆਰੀਆ ਪੁੱਤਰ ਕਿਹਾ ਗਿਆ ਹੈ। ਸਭ ਤੋਂ ਛੋਟੀ ਇਕਾਈ ਗ੍ਰਾਮ ਯਾਨੀ ਕਿ ਪਿੰਡ ਹੁੰਦੀ ਸੀ। ਵਿਕਰੀ ਕਰ ਸੇਲ ਟੈਕਸ ਦਾ 10ਵਾਂ ਹਿੱਸਾ ਜਾਂ 1/10 ਸੀਗਾ। ਰਾਜੇ ਦੀ ਸਹਾਇਤਾ ਲਈ ਮੰਤਰੀ ਪਰਿਸ਼ਦ ਹੁੰਦਾ ਸੀ ਅਤੇ ਮੰਤਰੀਆਂ ਨੂੰ ਅਸਾਤਯ ਕਿਹਾ ਗਿਆ ਸੀਗਾ। ਅੱਗੇ ਸਮਰਥਾ ਕਰ ਜੋ ਟੈਕਸ ਇਕੱਠਾ ਕਰਨ ਵਾਲਾ ਅਧਿਕਾਰੀ ਹੁੰਦਾ ਸੀ। ਮਨੀਪਾਤਾ ਜੋ ਮੁੱਖ ਖਜ਼ਾਨਚੀ ਹੁੰਦਾ ਸੀ। ਗੁਪਤਚਰਾ ਗੂੜ ਪੁਰਸ਼ ਜਾਂ ਸੰਸਥਾ ਵੀ ਕਿਹਾ ਜਾਂਦਾ ਸੀ ਇਸਨੂੰ। ਜੱਜ ਤਾਂ ਇਸਨੂੰ ਹੈ ਜੋ ਰਾਜੁਕ ਕਿਹਾ ਗਿਆ ਹੈ। ਸੈਨਾਪਤੀ ਨਾਇਕ ਜਿਹਨੂੰ ਸੈਨਾਪਤੀ ਕਿਹਾ ਜਾਂਦਾ ਸੀਗਾ। ਅੱਗੇ ਪੁਰੋਹਿਤ ਧਰਮ ਅਤੇ ਦਾਨ ਵਿਭਾਗ ਦਾ ਮੁਖੀ ਹੁੰਦਾ ਸੀ। ਨਗਰ ਦਾ ਕੋਤਵਾਲ ਅੱਜ ਦੇ ਟਾਈਮ 'ਚ ਜਿਹਨੂੰ SHO ਪੋਰ ਕਿਹਾ ਜਾਂਦਾ ਸੀ। ਸੈਨਾ ਨੂੰ ਇਕੱਠਾ ਕਰਨ ਵਾਲਾ ਦੰਡਪਾਲ। ਐਗਰੋਨੋਮਾਈ ਰੋਡਵੇਜ਼ ਇੰਸਪੈਕਟਰ ਮਾਰਗ ਨਿਰਮਾਣ ਅਧਿਕਾਰੀ ਹੁੰਦਾ ਸੀਗਾ। ਅੱਗੇ ਅਸ਼ੋਕ ਦਾ ਉੱਤਰਾਧਿਕਾਰੀ ਸੀ ਜਿਹੜਾ ਉਹ ਕੁਨਾਲ ਸੀ। ਉਸ ਤੋਂ ਬਾਅਦ ਦਸ਼ਰਥ ਸੰਪ੍ਰਤੀ ਸਲੀਸੁਕ ਦੇਵ ਵਰਸਾ ਅੰਤਮ ਜਿਹੜਾ ਬਰਾਦਰਾਤ ਸੀਗਾ। ਅਸ਼ੋਕ ਦੇ ਸਭ ਤੋਂ ਵੱਡੇ ਸਤੂਪ ਹੈ ਜਿਹੜੇ ਸਾਂਚੀ ਦੇ ਸਤੂਪ ਨੇ ਜੋ ਮੱਧ ਪ੍ਰਦੇਸ਼ ਵਿੱਚ ਮਿਲਦੇ ਨੇ। ਤਕਸ਼ਿਲਾ ਵਾਰਾਣਸੀ ਪਾਟਲੀਪੁੱਤਰ ਸਿੱਖਿਆ ਦੇ ਮਹਾਨ ਕੇਂਦਰ ਸੀਗੇ। ਇਸਤਰੀਆਂ ਨੂੰ ਪੂਰੀ ਆਜ਼ਾਦੀ ਸੀ। ਸਭ ਧਰਮਾਂ ਦੇ ਲੋਕ ਆਪਸ ਵਿੱਚ ਇਕੱਠੇ ਮਿਲ ਕੇ ਰਹਿੰਦੇ ਸੀ ਅਤੇ ਇੱਕ ਦੂਸਰੇ ਦਾ ਸਨਮਾਨ ਕਰਦੇ ਸੀ। ਸੋ ਦੋਸਤੋ ਇਹ ਰਾਜੇ ਅਸ਼ੋਕ ਬਾਰੇ ਮਹੱਤਵਪੂਰਨ ਜਾਣਕਾਰੀ ਸੀ। ਅਗਲੇ ਚੈਪਟਰ ਵਿੱਚ ਇਹ ਜੋ ਮੋਰੀਆ ਸਾਮਰਾਜ ਹੈ ਇਹਦਾ ਕਨਸੈਪਟ ਕਲੀਅਰ ਹੋ ਜਾਏਗਾ। ਕੁਝ ਮਟੀਰੀਅਲ ਹੈ ਜੋ ਰਹਿੰਦਾ ਹੈ ਜਿਵੇਂ ਕਿ ਇਹਦੇ ਜੋ ਕੰਮ ਕਰੇ ਸੀਗੇ ਜਾਂ ਆਮਦਨ ਦੇ ਸਾਧਨ ਸੀਗੇ, ਇਸ ਟਾਈਪ ਕੁਐਸਚਨ ਹੈ ਜੋ ਰਹਿੰਦੇ ਨੇ ਕੱਲ੍ਹ ਨੂੰ ਤੁਹਾਨੂੰ ਹੈ ਜੋ ਅਸੀਂ ਉਹ ਪ੍ਰੋਵਾਈਡ ਕਰ ਦਾਂਗੇ। ਸੋ ਵੀਡੀਓ ਨੂੰ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ। ਧੰਨਵਾਦ।